ਸਿੱਧੇ ਸਿੱਧੇ ਤੌਰ ਤੇ ਜਦੋਂ ਟਰਾਂਸਪੋਰਟ ਰੁਕੇਗੀ ਤਾਂ ਉਹਦਾ ਅਸਰ ਇਹਨਾਂ ਚੀਜ਼ਾਂ ਤੇ ਪੈਣਾ ਹੀ ਹੈ। ਜਦੋਂ ਟਰੱਕ ਨਹੀਂ ਚੱਲਣਗੇ, ਤੇਲ ਵਾਲੇ ਟੈਂਕਰ ਨਹੀਂ ਚੱਲਣਗੇ ਤਾਂ ਉਹਦਾ ਨਤੀਜਾ ਕੀ ਹੋਏਗਾ? ਉਹਦਾ ਨਤੀਜਾ ਸਪਸ਼ਟ ਇਹੀ ਕਿ ਜਿਹੜਾ ਤੇਲ ਦਾ ਸਟਾਕ ਆ ਉਹ ਖਤਮ ਹੋਵੇਗਾ, ਕਿਉਂਕਿ ਉਨੀ ਲਾਗਤ ਹੋ ਰਹੀ ਹੁੰਦੀ ਆ, ਉਨੀ ਸਪਲਾਈ ਉਨੀ ਡਿਮਾਂਡ, ਉਹ ਚੱਲਦੀ ਰਹਿੰਦੀ ਹੈ। ਇੱਕ ਸਰਕਲ ਹੁੰਦਾ, ਇੱਕ ਗੱਡੀ ਵੀ ਲੇਟ ਹੋ ਜਾਂਦੀ ਆ ਤਾਂ ਸਰਕਲ ਰੁਕ ਜਾਂਦਾ। ਪਰ ਹੁਣ ਜਦੋਂ ਸਾਫ਼ ਤੌਰ ਤੇ ਲਗਾਤਾਰ ਸਪਲਾਈ ਰੁਕੀ ਹੋਈ ਆ ਤੇ ਇਹਦਾ ਅਸਰ ਪੈਣਾ ਲਾਜ਼ਮੀ ਸੀ, ਅਸਰ ਪੈਣਾ ਸ਼ੁਰੂ ਹੋ ਗਿਆ, ਤਸਵੀਰ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਜਿਹੜੇ ਪੰਪ ਤੇ ਅਸੀਂ ਇਸ ਵੇਲੇ ਮੌਜੂਦ ਆ, ਮੋਹਾਲੀ ਰੋਪੜ ਸੜਕ ਤੇ ਪੈਟਰੋਲ ਪੰਪ ਹੈ, ਹਾਲਾਂਕਿ ਇੱਥੇ ਲਾਈਨਾਂ ਤਾਂ ਤੁਹਾਨੂੰ ਬੇਸ਼ੱਕ ਨਜ਼ਰ ਨਾ ਆਉਣ ਹਲੇ, ਪਰ ਪੈਟਰੋਲ ਖਤਮ ਹੋ ਚੁੱਕਿਆ। ਪਿੱਛੇ ਪੰਪ ਦੀ ਤੁਹਾਨੂੰ ਤਸਵੀਰ ਦਿਖਾਉਣੇ ਆ। ਇਸ ਪੰਪ ਤੇ ਦੇਖੋ ਜਿਹੜੀਆਂ ਤੁਸੀਂ ਦੋ ਤਿੰਨ ਵਹੀਕਲ ਖੜੇ ਦੇਖ ਰਹੇ ਹੋ ਉਹ ਹੈਗਾ ਪਾਵਰ ਪੈਟਰੋਲ, ਜਿਹੜਾ ਮਹਿੰਗਾ, ਜਿਹਨੂੰ ਅਕਸਰ ਲੋਕ ਘੱਟ ਪਾਉਂਦੇ ਆ, ਉਹਦਾ ਸਟਾਕ ਜਿਹੜਾ ਥੋੜਾ ਬਹੁਤਾ ਰਹਿ ਗਿਆ। ਪਰ ਇੱਧਰ ਤੁਹਾਨੂੰ ਦਿਖਾਉਣੇ ਆ, ਇੱਥੇ ਸਾਫ਼ ਤੌਰ ਤੇ ਲਿਖ ਕੇ ਲਾ ਦਿੱਤਾ ਗਿਆ ਕਿ ਓਨਲੀ ਡੀਜ਼ਲ, ਯਾਨੀ ਪੈਟਰੋਲ ਖਤਮ ਹੋ ਗਿਆ, ਪੈਟਰੋਲ ਦਾ ਸਟਾਕ ਆ ਜਿਹੜਾ ਉਹ ਖਤਮ ਹੋ ਚੁੱਕਿਆ ਇੱਥੇ, ਡੀਜ਼ਲ ਦਾ ਸਟਾਕ ਵੀ ਜਿਹੜਾ ਉਹ ਜ਼ਿਆਦਾ ਨਹੀਂ ਬਚਿਆ। ਇਹ ਤੁਸੀਂ ਕਿਉਂਕਿ ਪੈਟਰੋਲ ਔਰ ਡੀਜ਼ਲ ਦੋਨੋਂ ਇਕੱਠੇ ਪੰਪ ਦੇ ਵਿੱਚ ਹੁੰਦੇ ਆ ਤਾਂ ਇੱਥੇ ਡੀਜ਼ਲ ਵਾਲੇ ਪਾਸੇ ਹਾਲੇ ਸਪਲਾਈ ਚੱਲ ਰਹੀ ਹੈ, ਪਰ ਪੈਟਰੋਲ ਵਾਲੇ ਪਾਸੇ ਪੈਟਰੋਲ ਖਤਮ ਹੋ ਚੁੱਕਿਆ। ਔਰ ਬੇਸ਼ੱਕ ਜਿਹੜੇ ਪੰਪ ਤੇ ਕੋਈ ਇਹਨਾਂ ਦਾ ਸੀਨੀਅਰ ਅਧਿਕਾਰੀ ਜਿਹੜਾ ਨਹੀਂ ਹੈ ਤਾਂ ਜਿਹੜੇ ਛੋਟੇ ਮੁਲਾਜ਼ਮ ਨੇ ਇਸ ਸਟਾਕ ਬਾਰੇ ਜਾਣਕਾਰੀ ਜ਼ਿਆਦਾ ਨਹੀਂ ਦੇ ਪਾ ਰਹੇ, ਪਰ ਇਹਨਾਂ ਨੇ ਜਿੰਨਾ ਸਾਨੂੰ ਪਤਾ ਲੱਗਿਆ ਇਹਨਾਂ ਨੇ ਦੱਸਿਆ ਕਿ ਪੈਟਰੋਲ ਦਾ ਸਟਾਕ ਖਤਮ ਹੋ ਗਿਆ। ਹੁਣ ਜਿਹੜਾ ਪਾਵਰ ਪੈਟਰੋਲ ਜਿਹੜਾ ਮਹਿੰਗਾ, ਕਰੀਬ 7 ਰੁਪਏ ਮਹਿੰਗਾ ਹੁੰਦਾ, ਇਹਨੂੰ ਅਕਸਰ ਲੋਕ ਨਹੀਂ ਪਾਉਂਦੇ, ਪਰ ਮਜਬੂਰੀ ਹੁਣ ਇਹ ਬਣ ਗਈ ਹੈ ਕਿ ਹੁਣ ਉਹ ਪਾਉਣਾ ਪੈ ਰਿਹਾ। ਇਹਦਾ ਸਟਾਕ ਵੀ ਕਿੰਨੀ ਕੁ ਦੇਰ ਬਚੇਗਾ, ਕਿੰਨਾ ਕੁ ਸਟਾਕ ਹੋਏਗਾ, ਉਸ ਤੋਂ ਬਾਅਦ ਬਿਲਕੁਲ ਜਿਹੜਾ ਹੈਗਾ ਪੈਟਰੋਲ ਦੀ ਸਪਲਾਈ ਰੁਕ ਜਾਏਗੀ। ਡੀਜ਼ਲ ਆ ਜਿਹੜਾ ਉਹ ਵੀ ਹੁਣ ਕੋਈ ਜ਼ਿਆਦਾ ਇਹਨਾਂ ਦੇ ਕੋਲ ਸਟਾਕ ਨਹੀਂ ਬਚਿਆ, ਕਿਉਂਕਿ ਡੀਜ਼ਲ ਔਰ ਪੈਟਰੋਲ ਦੋਨੋਂ ਦੀ ਸਪਲਾਈ ਬੰਦ ਹੋ ਗਈ ਹੈ। ਐਸੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਦੇਖੋ ਟਰਾਂਸਪੋਰਟ ਆ ਜਿਹੜੀ ਉਹ ਡੀਜ਼ਲ ਪੈਟਰੋਲ ਨਾਲ ਚੱਲਣੀ ਹੈ, ਔਰ ਜੇ ਡੀਜ਼ਲ ਔਰ ਪੈਟਰੋਲ ਨਹੀਂ ਮਿਲੇਗਾ, ਔਰ ਦੇਖੋ ਸਾਫ਼ ਤੌਰ ਤੇ ਜਿੰਨੀ ਦੇਰ, ਕਿਉਂਕਿ ਮਸਲਾ ਬੜਾ ਜਿਹੜੀ ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋਈ ਹੈ, ਨਵਾਂ ਕਾਨੂੰਨ ਆਇਆ ਉਹਨੂੰ ਲੈ ਕੇ ਜਿਹੜੀ ਹੈਗੀ ਸਾਫ਼ ਤੌਰ ਤੇ ਦਿੱਕਤ ਹੈ ਕਿ ਸਿੱਧਾ ਇਸ ਚੀਜ਼ ਤੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ, ਔਰ ਅਗਰ ਅਜਿਹੇ ਹਾਦਸਿਆਂ ਦੇ ਵਿੱਚ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਭੀੜ ਦੇ ਵਿੱਚ ਕੋਈ ਹਾਦਸਾ ਵਾਪਰਦਾ, ਭੀੜ ਦਾ ਸ਼ਿਕਾਰ ਹੋ ਜਾਂਦਾ ਡਰਾਈਵਰ, ਤਾਂ ਉਸੇ ਨੂੰ ਲੈ ਕੇ ਹਿੱਟ ਐਂਡ ਰਨ ਦਾ, ਕਿਉਂਕਿ ਜੋ ਡਰਾਈਵਰ ਭੱਜ ਜਾਂਦਾ ਤਾਂ ਹਿੱਟ ਐਂਡ ਰਨ ਦਾ ਪਰਚਾ ਦਰਜ ਹੋ ਜਾਂਦਾ। ਤਾਂ ਪਹਿਲਾਂ ਇਹਦੇ ਵਿੱਚ ਸਜ਼ਾ ਜ਼ਿਆਦਾ ਨਹੀਂ ਸੀ, ਪਰ ਹੁਣ 10 ਸਾਲ ਤੱਕ ਦਾ ਜਿਹੜਾ ਹੈਗਾ ਕਰ ਦਿੱਤਾ ਗਿਆ ਹੈ ਕਿ ਸਜ਼ਾ ਹੋ ਸਕਦੀ ਹੈ, ਤਾਂ ਇਹਦੇ ਵਿੱਚ ਉਹਦਾ ਵਿਰੋਧ ਕੀਤਾ ਜਾ ਰਿਹਾ ਕਿ ਅਗਰ ਕਿਤੇ ਹਾਦਸਾ ਵਾਪਰਦਾ, ਰੱਬ ਨਾ ਕਰੇ, ਪਹਿਲੀ ਗੱਲ ਤਾਂ ਕੋਈ ਡਰਾਈਵਰ ਨਹੀਂ ਚਾਹੁੰਦਾ ਕਿ ਹਾਦਸਾ ਵਾਪਰੇ, ਕਿ ਪੈਟਰੋਲ ਤਾਂ ਖਤਮ ਹੋ ਗਿਆ, ਤੇ ਪੈਟਰੋਲ ਜਦੋਂ ਖਤਮ ਹੀ ਹੋ ਗਿਆ ਤਾਂ ਉਹਦਾ ਤਾਂ ਦਿੱਕਤ ਸਾਹਮਣੇ ਕਰਨਾ ਪੈਣਾ। ਬਸ ਹੁਣ ਪਾਵਰ ਪੈਟਰੋਲ ਆ ਜਿਹੜਾ ਉਹ ਜਿਹੜਾ 7 ਰੁਪਏ ਮਹਿੰਗਾ, ਜਿਹਨੂੰ ਲੋਕ ਨਹੀਂ ਪਵਾਉਂਦੇ ਅਕਸਰ, ਉਹਦਾ ਸਟਾਕ ਜਿਹੜਾ ਪਿਆ, ਕਿਉਂਕਿ ਉਹ ਕੋਈ ਪਵਾ ਨਹੀਂ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਬਹੁਤ ਘੱਟ ਉਹਦੀ ਸਪਲਾਈ ਡਿਮਾਂਡ ਹੁੰਦੀ ਹੈ, ਇਸ ਕਰਕੇ ਜਿਹੜਾ ਸਰਪਲਸ ਹੁੰਦਾ ਉਹ ਯੂਜ਼ ਕੀਤਾ ਜਾ ਰਿਹਾ। ਪਰ ਇੱਕ ਕੋਟਾ ਹੁੰਦਾ, ਉਸ ਕੋਟੇ ਦੇ ਵਿੱਚੋਂ ਯੂਜ਼ ਨਹੀਂ ਕੀਤਾ ਜਾ ਸਕਦਾ, ਉਹ ਜਿਹੜਾ ਹੈਗਾ ਐਮਰਜੈਂਸੀ ਹਾਲਾਤਾਂ ਦੇ ਲਈ ਹੁੰਦਾ, ਉਹ ਹਰੇਕ ਪੈਟਰੋਲ ਪੰਪ ਨੂੰ ਰਿਜ਼ਰਵ ਰੱਖਣਾ ਪੈਂਦਾ, ਉਹ ਆਮ ਪਬਲਿਕ ਦੇ ਸਪਲਾਈ ਨਹੀਂ ਕੀਤਾ ਜਾ ਸਕਦਾ। ਪੈਟਰੋਲ ਖਤਮ ਹੋ ਚੁੱਕਿਆ, ਜਿਹੜੇ ਪੰਪ ਤੇ ਮੈਂ ਮੌਜੂਦ ਹਾਂ, ਮੈਂ ਉਸ ਪੰਪ ਦੀ ਗੱਲ ਕਰ ਰਿਹਾ, ਪੈਟਰੋਲ ਖਤਮ ਹੋ ਚੁੱਕਿਆ, ਡੀਜ਼ਲ ਹਾਲੇ ਚੱਲ ਰਿਹਾ, ਉਹ ਵੀ ਉਨੀ ਦੇਰ ਤੱਕ ਚੱਲੇਗਾ ਜਿੰਨੀ ਦੇਰ ਤੱਕ ਇਹਨਾਂ ਦੇ ਕੋਲ ਸਟਾਕ ਹੈ। ਪਰ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ, ਹੁਣ ਜਿੱਦਾਂ ਇਹ ਗੱਡੀ ਆਈ ਆ, ਉਹ ਨੋਰਮਲ ਤੌਰ ਤੇ ਜਿਹੜੇ ਉਸ ਐਕਟਿਵਾ ਨੇ ਜਾਂ ਮੋਟਰਸਾਈਕਲ ਨੇ, ਇਹ ਸਧਾਰਨ ਤੇਲ ਪਾਉਂਦੇ ਨੇ, ਪਰ ਅੱਜ ਜਿਹੜਾ ਹੈਗਾ ਉਸ ਪਾਵਰ ਪੈਟਰੋਲ ਆ ਜਿਹੜਾ ਉਹ ਮਹਿੰਗਾ ਪਾਉਣਾ ਪੈ ਰਿਹਾ। ਬਈ ਜੀ, ਪਹਿਲਾਂ ਵੀ ਇਹ ਮਹਿੰਗਾ ਪਾਉਂਦੇ ਸੀ, ਪਹਿਲਾਂ ਸਸਤਾ ਪਾਉਂਦੇ ਸੀ, ਦੂਜਾ ਪਾਉਂਦੇ ਸੀ? ਪਹਿਲਾਂ ਤਾਂ ਉਹੀ ਤਾਂ 100 ਰੁਪਏ ਚੱਲ ਰਿਹਾ ਆਪਣਾ, ਹੁਣ ਇਹ ਮਹਿੰਗੇ ਵਾਲਾ ਪਾਉਣਾ ਪਿਆ ਅੱਜ।
ਨਹੀਂ ਪਾਵਰ। ਅੱਛਾ ਤੁਸੀਂ ਪਾਵਰ ਵਾਲਾ ਪਾਉਂਦੇ ਸੀ ਪਹਿਲਾਂ? ਅੱਛਾ ਤੁਸੀਂ ਇਹੀ ਪਾਉਂਦੇ ਸੀਗੇ। ਤਾਂ ਇਹ ਵੀਰ ਹੋਣੀ ਨੇ ਵੀਰ ਜਿਹੜਾ ਪੈਟਰੋਲ ਦੀ ਸਪਲਾਈ ਹੈ ਉਹ ਕਿੰਨੇ ਦਿਨ ਹੋ ਗਏ ਨਹੀਂ ਆਈ? ਭਾਜੀ ਦੋ ਦਿਨ ਹੋ ਗਏ। ਦੋ ਦਿਨ ਹੋ ਗਏ। ਅੱਛਾ ਲੋਕ ਆਉਂਦੇ ਹੋਣੇ ਨੇ, ਗਾਹਕ ਮੁੜਨਾ ਵੀ ਪੈਂਦਾ ਲੋਕਾਂ ਨੂੰ, ਜਾਂ ਫਿਰ ਹੁਣ ਪਾਵਰ ਵਾਲਾ ਮਹਿੰਗਾ ਪਵਾ ਰਹੇ ਆ? ਪਾਵਰ ਵਾਲਾ ਪਵਾ ਰਹੇ। ਇਹ ਕਿੰਨਾ ਕੁ 7 ਰੁਪਏ ਮਹਿੰਗਾ ਹੁੰਦਾ? 7 ਰੁਪਏ। ਅੱਛਾ ਬ੍ਰਦਰ ਇੱਕ ਚੀਜ਼ ਹੋਰ ਸਪਸ਼ਟ ਕਰਿਓ ਕਿ ਇਹ ਤੁਹਾਡੇ ਕੋਲ ਕਿੰਨਾ ਕੁ ਸਟਾਕ ਹੈ? ਜੇ ਸਪਲਾਈ ਨਹੀਂ ਆਉਂਦੀ ਤਾਂ ਪਾਵਰ ਵਾਲਾ ਕਿੰਨਾ ਚਿਰ ਚੱਲ ਸਕਦਾ? 2 ਜਾਂ 1.5 ਦਿਨ। 1.5 ਜਾਂ 2 ਦਿਨ। ਅੱਛਾ ਡੀਜ਼ਲ ਦੀ ਕੀ ਸਟੇਟਸ ਹੈ? ਡੀਜ਼ਲ ਸ਼ਾਮ ਤੱਕ ਹੋ ਜਾਏਗਾ ਸਮਾਂ। ਅੱਛਾ ਸ਼ਾਮ ਤੱਕ ਖਤਮ ਹੋ ਜਾਏਗਾ। ਤੇ ਕੋਈ ਆਸਾਰ ਹੈ ਕਿ ਹੜਤਾਲ ਅਗਰ ਖੁੱਲਦੀ ਹੈ ਡੀਜ਼ਲ ਪੈਟਰੋਲ ਆ ਜਾਏਗਾ? ਅਭੀ ਕੁਛ ਨਹੀਂ ਕਹਿ ਸਕਦੇ। ਅੱਛਾ ਇੱਕ ਚੀਜ਼ ਹੋਰ ਸਪਸ਼ਟ ਕਰਿਓ ਕਿ ਆਸ ਪਾਸ ਦੇ ਏਰੀਏ ਸਾਰੇ ਪਾਸੇ ਸੇਮ ਸਿਚੁਏਸ਼ਨ ਹੋ ਸਕਦੀ ਹੈ? ਹਾਂਜੀ, ਅਗਲਾ ਪੰਪ ਤਾਂ ਬੰਦ ਹੀ ਹੈ। ਅਗਲਾ ਬੰਦ ਹੋ ਚੁੱਕਿਆ? ਹਾਂਜੀ। ਤਾਂ ਬੜੀ ਚਿੰਤਾ ਵਾਲੀ ਸਥਿਤੀ ਹੈ। ਹੁਣੇ ਇਸ ਮੁਲਾਜ਼ਮ ਨੇ ਦੱਸਿਆ ਕਿ ਇਹਨਾਂ ਦੇ ਕੋਲ ਸ਼ਾਮ ਤੱਕ ਡੀਜ਼ਲ ਵੀ ਖਤਮ ਹੋ ਜਾਏਗਾ। ਇਸ ਤੋਂ ਅੱਗੇ ਇੱਕ ਪੈਟਰੋਲ ਪੰਪ ਹੈ, ਉਹਦੇ ਤੇ ਬਿਲਕੁਲ ਸਭ ਕੁਝ ਖਤਮ ਹੋ ਗਿਆ, ਉਹ ਪੰਪ ਬੰਦ ਹੋ ਚੁੱਕਿਆ। ਤਾਂ ਇਹ ਜਿਸ ਪੰਪ ਤੇ ਅਸੀਂ ਮੌਜੂਦ ਹਾਂ ਇੱਥੇ ਵੀ ਸ਼ਾਮ ਤੱਕ ਡੀਜ਼ਲ ਹੈ ਜਿਹੜਾ ਉਹਦਾ ਕੋਟਾ ਖਤਮ ਹੋ ਜਾਏਗਾ। ਅਗਲੇ ਪੰਪ ਤੇ ਸਭ ਕੁਝ ਖਤਮ ਹੋ ਗਿਆ, ਪੈਟਰੋਲ ਇੱਥੇ ਆਲਰੇਡੀ ਖਤਮ ਹੈ, 2 ਦਿਨ ਤੋਂ ਸਪਲਾਈ ਨਹੀਂ ਆਈ। ਪਾਵਰ ਵਾਲਾ ਜਿਹੜਾ ਪੈਟਰੋਲ ਆ ਉਹ ਕਹਿੰਦੇ ਨੇ 1-2 ਦਿਨ ਹਾਲੇ ਚੱਲ ਸਕਦਾ, ਪਰ ਡੀਜ਼ਲ ਅੱਜ ਸ਼ਾਮ ਨੂੰ ਖਤਮ ਹੋ ਜਾਏਗਾ। ਤਾਂ ਇਹ ਤੁਹਾਨੂੰ ਇੱਕ ਪੰਪ ਦੀ ਅਸੀਂ ਉਦਾਹਰਣ ਦੇ ਰਹੇ ਹਾਂ, ਅਗਲੇ ਪੰਪ ਤੇ ਬਿਲਕੁਲ ਖਤਮ ਹੈ। ਤਾਂ ਇਹੀ ਸਥਿਤੀ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਇਸ ਕਰਕੇ ਇੱਕ ਚੀਜ਼ ਅਸੀਂ ਇਹ ਵੀ ਕਹਿਣਾ ਚਾਹਾਂਗੇ ਦਰਸ਼ਕਾਂ ਨੂੰ ਕਿ ਸਟਾਕ ਨਾ ਕਰਿਓ, ਐਸਾ ਨਾ ਹੋਵੇ ਕਈ ਵਾਰ ਅਸੀਂ ਘਬਰਾ ਜਾਂਦੇ ਹਾਂ, ਭਰਾ ਕੇ ਘਰੇ ਰੱਖਣ ਲੱਗ ਜਾਂਦੇ, ਏਦਾਂ ਨਾ ਕਰਿਓ, ਕਿਉਂਕਿ ਕਿਸੇ ਲੋਕਾਂ ਨੂੰ ਐਮਰਜੈਂਸੀ ਹੋ ਸਕਦੀ ਹੈ, ਐਮਰਜੈਂਸੀ ਵਾਲੇ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਇਸ ਕਰਕੇ ਆਪਣਾ ਜ਼ਿੰਮੇਵਾਰ ਬਣਨਾ, ਉਹਨਾਂ ਕੁ ਪੈਟਰੋਲ ਡੀਜ਼ਲ ਪਵਾਓ ਜਿੰਨੀ ਕੁ ਤੁਹਾਨੂੰ ਜ਼ਰੂਰਤ ਹੈ, ਤਾਂ ਕਿ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਕਿਸੇ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਇਹਨਾਂ ਕੁ ਸਾਨੂੰ ਸਮਝਦਾਰੀ ਨਾਲ ਜ਼ਿੰਮੇਵਾਰੀ ਨਿਭਾਉਣੀ ਪਏਗੀ ਜੀ। ਮੇਰੇ ਨਾਲ ਹਾਲਾਂਕਿ ਇਹ ਤੇਲ ਪਾਉਣ ਆਏ ਸੀ, ਪਰ ਪਤਾ ਲੱਗਾ ਕਿ ਟਰਾਂਸਪੋਰਟਰ ਨੇ ਜ਼ਿਕਰ ਕਰਨ ਲੱਗੇ ਗੱਲਾਂ ਦਾ, ਤੇ ਇਸ ਕਰਕੇ ਇਹਨਾਂ ਨਾਲ ਮੈਂ ਕਿਹਾ ਸਮਝ ਲੈਂਦੇ ਹਾਂ ਕਿ ਕਿਵੇਂ ਦੇਖਦੇ ਹੋ ਜੀ ਜਿਹੜੀ ਸਿਚੁਏਸ਼ਨ ਪੈਦਾ ਹੋ ਗਈ ਹੈ, ਤੁਸੀਂ ਕਿੰਨੇ ਕੁ ਪੰਪਾਂ ਤੇ ਜਾ ਕੇ ਆਏ ਹੋ, ਸਥਿਤੀ ਕੀ ਹੈ ਇਸ ਵੇਲੇ? ਭਾਈ ਸਾਰੇ ਪਾਸੇ ਬਹੁਤ ਬੁਰਾ ਹਾਲ ਹੈ ਜੀ, ਇਹਦਾ ਤੇਲ ਦਾ ਕੀ ਨਾ ਗੱਡੀਆਂ ਕਰਕੇ ਹੀ ਆਉਣਾ ਸਾਰਾ ਜੀ, ਤੇ ਡਰਾਈਵਰਾਂ ਨੂੰ ਵੀ ਟੈਨਸ਼ਨ ਹੈ ਇਸ ਚੀਜ਼ ਦੀ ਅੱਜ, ਕਿਉਂਕਿ ਸਜ਼ਾ ਦਾ ਬਹੁਤ ਡਰ ਹੈ ਜੀ ਉਹਨਾਂ ਨੂੰ। ਅੱਛਾ ਮੈਂ ਦੇਖ ਰਿਹਾ ਸੀਗਾ ਕਿ ਇਹ ਸਥਿਤੀ ਆ ਗਈ ਕਿ ਤੁਸੀਂ ਅੱਜ ਗੱਡੀ ਨੂੰ ਹਲਾ ਕੇ ਤੇਲ ਪਵਾ ਰਹੇ ਸੀ, ਇਹ ਇਸ ਤਰ੍ਹਾਂ ਦੀ ਨੌਬਤ ਤੋਂ ਲੱਗਦੀ ਹੈ, ਤੁਹਾਨੂੰ ਕੀ ਲੱਗਦਾ ਕਿ ਮਸਲਾ ਲੰਬਾ ਹੋ ਸਕਦਾ? ਲੰਮੀ ਚੱਲੂਗੀ ਜੀ ਇਹ ਹੜਤਾਲ, ਲੰਮੀ ਚੱਲੂਗਾ ਜੀ ਇਹ, ਕਿਉਂਕਿ ਨਾ ਮੰਨ ਲਓ ਕਾਰ ਵਾਲਾ ਵੀ ਹੈ ਸਾਨੂੰ, ਮੈਂ ਵੀ ਕਾਰ ਹੁਣ ਕਾਰ ਤੇ ਜਾਊਂਗਾ ਬੇਟੇ ਨੂੰ ਦਿੱਲੀ ਲੈਣ ਜੀ, ਤੇ ਮੈਨੂੰ ਵੀ ਡਰ ਹੈ ਵੀ ਕੱਲ ਨੂੰ ਨਾ ਜਾਣੀ ਕੋਈ ਐਕਸੀਡੈਂਟ ਹੋ ਜਾਂਦਾ 10 ਸਾਲ ਦੀ ਸਜ਼ਾ, ਤਾਂ ਮੈਨੂੰ ਵੀ ਡਰ ਰਹੂਗਾ ਜੀ ਇਸ ਚੀਜ਼ ਦਾ। ਇਹ ਹਰੇਕ ਦੀ ਹੈ, ਟਰੱਕਾਂ ਬੱਸਾਂ ਤੇ ਨਹੀਂ ਇਹ, ਇਹ ਕਾਰ ਮੋਟਰਸਾਈਕਲ ਹਰੇਕ ਚੀਜ਼, ਜਿਹਦੇ ਕੋਲ ਲਾਇਸੈਂਸ ਬਣ ਗਿਆ ਜੀ ਉਸ ਨੂੰ ਟੈਨਸ਼ਨ ਹੀ ਟੈਨਸ਼ਨ ਹੈ ਇਸ ਕਾਨੂੰਨ ਦੀ। ਇਹ ਸੋਧ ਕੀਤੀ ਜਾਵੇ, ਜਿਹੜਾ ਕੋਈ ਮੰਨ ਲਓ ਸ਼ਰਾਬ ਪੀਂਦਾ ਜਿਹੜਾ ਗਲਤ ਚੱਲਦਾ ਉਹਦੇ ਸਜ਼ਾ ਹੋਵੇ ਜੀ। ਮੰਨ ਲਓ ਜਿਹੜਾ ਮੈਂ ਹੁਣ ਸ਼ਰਾਬ ਵੀ ਨਹੀਂ ਪੀਂਦਾ ਜੀ, ਕੱਲ ਨੂੰ ਮੇਰੇ ਮੂਹਰੇ ਕੋਈ ਆ ਗਿਆ ਮੋਟਰਸਾਈਕਲ ਵਾਲਾ, ਕੋਈ ਡੈਥ ਹੋ ਗਈ ਜੀ, ਇਸ ਚੀਜ਼ ਦਾ ਡਰ ਤਾਂ ਹੋ ਹੀ ਗਿਆ ਨਾ ਬਾਈ ਹਰੇਕ ਨੂੰ ਜੀ। ਇਸ ਚੀਜ਼ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੀ ਵੀ ਇਹ ਚੀਜ਼ ਗਲਤ ਹੈ, ਇਹ ਸੋਧ ਕਰਕੇ ਸਾਰਾ ਸਮਝਾਇਆ ਜਾਵੇ, ਕਿਉਂਕਿ ਜ਼ਿਆਦਾਤਰ ਡਰਾਈਵਰ ਅਨਪੜ੍ਹ ਹੈ ਜੀ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਕੋਈ ਚੀਜ਼ ਨਹੀਂ ਇਸ ਚੀਜ਼ ਦਾ, ਉਹਨਾਂ ਨੂੰ ਤਾਂ ਐਂ ਪਤਾ ਲੱਗਾ ਵੀ ਸਾਨੂੰ ਸਜ਼ਾ ਹੋਊਗੀ, ਕੱਲ ਨੂੰ ਗੱਡੀਆਂ ਨਹੀਂ ਇਸਨੇ ਚਲਾਉਣੀਆਂ ਜੀ, ਤੇ ਫਿਰ ਕੰਮ ਕਿਵੇਂ ਚੱਲੂਗਾ ਜੀ? ਮੰਨ ਲਓ ਜਿਹਦੇ ਕੋਲ 50 ਗੱਡੀਆਂ ਉਹ ਇਕੱਲਾ ਬੰਦਾ ਚਲਾ ਨਹੀਂ ਸਕਦਾ ਜੀ, ਡਰਾਈਵਰ ਤਾਂ 50 ਜੀ 50, ਇੱਕ ਡਰਾਈਵਰ ਨੇ 5-5, 10-10 ਬੰਦਿਆਂ ਦਾ ਘਰ ਜੁੜਿਆ ਜੀ, ਕਿਵੇਂ ਚੱਲੂਗਾ ਕੰਮ ਹੈ ਜੀ ਇਹ? ਹੁਣ ਮੰਨ ਲਓ ਲੀਡਰਾਂ ਨੇ ਤਾਂ ਕਰਤਾ ਜੀ, ਉਹਨਾਂ ਦੇ ਡਰਾਈਵਰ ਰੱਖੇ ਹੋਏ ਆ, ਹੁਣ ਅਸੀਂ ਡਰਾਈਵਰ ਕਿੱਥੋਂ ਰੱਖ ਲਾਂਗੇ? ਤਾਂ ਇਹ ਕਈ ਤਰ੍ਹਾਂ ਦੇ ਖਦਸ਼ੇ ਨੇ ਜੀ ਜਿਹਨੂੰ ਲੈ ਕੇ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਜਾ ਰਹੀ ਹੈ, ਜਿਵੇਂ ਇਹਨਾਂ ਦੀਆਂ ਆਪਾਂ ਗੱਲਾਂ ਹੁਣੇ ਸੁਣ ਰਹੇ ਸੀ
ਕਹਿੰਦੇ ਨੇ ਕਿ ਡਰ ਇੰਨਾ ਪੈ ਗਿਆ ਕਿ ਡਰਾਈਵਰ ਬਣੇਗਾ ਕੌਣ, ਡਰਾਈਵਰੀ ਕਰੇਗਾ ਕੌਣ, ਗੱਡੀਆਂ ਚਲਾਏਗਾ ਕੌਣ।